ਸੀਬੀਆਈ ਵੱਲੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨਾਲ ਪੁੱਛਗਿੱਛ ਤੇ ਅਨਿਲ ਵਿਜ ਨੇ ਕਿਹਾ ਕਿ ਹੁੱਡਾ ਦੇ ਖਿਲਾਫ ਜਿੰਨੇ ਵੀ ਭ੍ਰਿਸ਼ਟਾਚਾਰ ਦੇ ਮਾਮਲੇ ਨੇ ਦੀ ਜਾਂਚ ਚੱਲ ਰਹੀ ਹੈ। ਇਸ ਤੋਂ ਪਹਿਲਾਂ ਹੁੱਡਾ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਾਉਣ ਦੀ ਗੱਲ ਕਰਦੇ ਸਨ। ਹੁਣ ਉਹਨਾਂ ਨੂੰ ਇਸ ਫੈਸਲੇ ਦਾ ਸਵਾਗਤ ਕਰਨਾ ਚਾਹੀਦਾ ਹੈ ਕਿ ਸੀਬੀਆਈ ਇਸ ਦੀ ਜਾਂਚ ਕਰ ਰਹੀ ਹੈ। ਦੀਪੇਂਦਰ ਹੁੱਡਾ ਦੇ ਆਰੋਪਾਂ ਤੇ ਵਿਜ ਨੇ ਕਿਹਾ ਕਿ ਕੋਈ ਵਿਧਾਇਕ ਜਾਂ ਮੰਤਰੀ ਨਾਰਾਜ਼ ਨਹੀਂ ਹੈ, ਸਾਰੇ ਮਿਲ ਜੁਲ ਕੇ ਸਰਕਾਰ ਨੂੰ ਅੱਗੇ ਵਧਾ ਰਹੇ ਨੇ। ਦੂਜੇ ਪਾਸੇ ਸੂਰਜ ਕੁੰਡ ਵਿੱਚ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਖਿਲਾਫ 8 ਮੰਤਰੀਆਂ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਵਿੱਚ ਨੇ ਇਸ ਨੂੰ ਪੋਲੀਟਿਕਲੀ ਸਟੋਰੀ ਦੱਸਦੇ ਹੋਏ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਜੋ ਸੂਚੀ ਜਾਰੀ ਹੋਈ ਹੈ, ਇਹ ਦੇਸ਼ ਕੇ 500 ਸ਼ਹਿਰੋਂ ਕਾ ਸਵੱਛਤਾ ਕਾ ਸਰਵੇਖਣ ਕੀਆ ਗਿਆ ਥਾ ਔਰ ਉਸਮੇ ਕਿਸ ਕਿਸ ਸ਼ਹਿਰ ਕੀ ਕਿਤਨੀ ਕਿਤਨੀ ਰੈਂਕਿੰਗ ਆਈ ਹੈ ਉਸਕੇ ਬਾਰੇ ਮੈਂ ਬਤਾਇਆ ਗਿਆ ਔਰ ਕਈ ਸ਼ਹਿਰੋਂ ਮੇਂ ਪਿਛਲੀ ਜੋ ਲਿਸਟ ਨਿਕਲੀ ਥੀ ਉਸਸੇ ਕਾਫੀ ਇੰਪਰੂਵਮੈਂਟ ਹੈ ਔਰ ਅਬ ਆਨੇ ਵਾਲੇ ਜੋ ਸਾਲ ਮੇਂ ਕਿਉਂਕਿ ਅਬ ਇਸਕੇ ਉੱਪਰ ਬਹੁਤ ਜ਼ਿਆਦਾ ਧਿਆਨ ਦਿਆ ਜਾ ਰਹਾ ਹੈ ਸਵੱਛ ਭਾਰਤ ਅਭਿਆਨ ਕੇ ਉੱਪਰ ਉਸਕੇ ਕਈ ਪੈਰਾਮੀਟਰਸ ਹੋਤੇ ਹੈ ਕਈ ਪੁਆਇੰਟਸ ਹੋਤੇ ਹੈ ਕਈ ਮੁੱਦੋਂ ਪਰ ਉਸਮੇਂ ਕਾਮ ਕਰਨਾ ਹੋਤਾ ਹੈ ਤਬ ਜਾ ਕੇ ਉਸਕੀ ਰੈਂਕਿੰਗ ਬੜਤੀ ਹੈ। ਸੀ ਬੀ ਆਈ ਇਨਕੇ ਖਿਲਾਫ ਜਿਤਨੇ ਵੀ ਭ੍ਰਿਸ਼ਟਾਚਾਰ ਕੇ ਆਰੋਪ ਹੈ ਉਨ ਸਭ ਕੀ ਗਹਿਰਾਈ ਤੱਕ ਜਾਣਾ ਚਾਹਤੀ ਹੈ ਔਰ ਇਸ ਲਈ ਪੂਰੀ ਤਰ੍ਹਾਂ ਸੇ ਜਾਂਚ ਕਰ ਰਹੀ ਹੈ ਔਰ ਭੁਪਿੰਦਰ ਸਿੰਘ ਹੁੱਡਾ ਤੋਂ ਛਾਤੀ ਪੇ ਹੱਥ ਮਾਰ ਮਾਰ ਕੇ ਕਹਾ ਕਰਤੇ ਥੇ ਕਿ ਹਮਾਰੀ ਸੀ ਬੀ ਆਈ ਸੇ ਜਾਂਚ ਕਰਵਾ ਲੋ ਤੋ ਉਨਕੋ ਇਸਕਾ ਸਵਾਗਤ ਕਰਨਾ ਚਾਹੀਏ ਔਰ ਸੀ ਬੀ ਆਈ ਕਾ ਧੰਨਵਾਦ ਕਰਨਾ ਚਾਹੀਏ ਕਿ ਵੋ ਉਨਕੀ ਜਾਂਚ ਕਰ ਰਹੀ ਹੈ।